ਬੀਬੀ ਜਗੀਰ ਕੌਰ ਨੇ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਜੇਕਰ ਪੰਜਾਬ ਨੂੰ ਨੈਸ਼ਨਲ ਪਾਰਟੀਆਂ ਦੇ ਪ੍ਰਕੋਮ ਤੋਂ ਬਚਾਉਣਾ ਹੈ ਤਾਂ ਪੰਜਾਬ ਦੀ ਜਵਾਨੀ ਅਤੇ ਪੰਜਾਬ ਦੀ ਕਿਸਾਨੀ ਬਚਾਉਣੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਤੋਂ ਸੱਤਾ ਦੇ ਵਿੱਚ ਲਿਆਉਣਾ ਪੈਣਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਖੇਤਰੀ ਪਾਰਟੀ ਹੈ ਅਤੇ ਪੰਜਾਬ ਦੇ ਮਸਲਿਆਂ ਦੀ ਵੀ ਗੱਲ ਕਰਦੀ ਹੈ। ਪੰਜਾਬ ਦੇ ਵਿੱਚ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਖੜ੍ਹੇ ਹਨ ਉਹਨਾਂ ਦੇ ਹੱਕ ਵਿੱਚ ਵੋਟ ਪਾਓ ਅਤੇ ਪੰਜਾਬ ਦੇ ਵਿਕਾਸ ਜਿਸ ਤਰੀਕੇ ਨਾਲ ਅਕਾਲੀ ਸਰਕਾਰ ਵੇਲੇ ਹੁੰਦਾ ਸੀ ਤਾਂ ਹੁਣ ਇਹ ਉਮੀਦਵਾਰ ਜਿੱਤ ਕੇ ਜਿੱਥੇ ਤੁਹਾਡੇ ਹਲਕਿਆਂ ਦਾ ਵਿਕਾਸ ਕਰਨਗੇ ਉੱਥੇ ਹੀ ਤੁਹਾਡੀ ਮੰਗਾਂ ਕੇਂਦਰ ਸਰਕਾਰ ਤੱਕ ਪਹੁੰਚਾਉਣਗੇ। ਜਲੰਧਰ ਤੋਂ ਲਾਈਵ ਪੰਜਾਬ ਨਿਊਜ਼ ਦੀ ਬਿਊਰੋ ਰਿਪੋਰਟ। ਕਿਤੇ ਚੋਣ ਪ੍ਰਚਾਰ ਨੂੰ ਹੰਗਾਰਾ ਮਿਲ ਰਿਹਾ ਜੀ ਪਿੰਡਾਂ ਵਿੱਚ? ਦੇਖੋ, ਦੇਸ਼ ਦੀ ਸਰਕਾਰ ਬਣ ਜਾ ਰਹੀ ਹੈ ਅਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਜਿਹੜੇ ਹੈ ਇਹ ਬੜੇ ਉਤਸ਼ਾਹ 'ਚ ਹੈ। ਹਰ ਇੱਕ ਦੇ ਮਨ ਵਿੱਚ ਇੱਕ ਚਿੰਤਾ ਵੀ ਹੈ ਕਿ ਜੇ ਪਿਛਲੀਆਂ ਸਰਕਾਰਾਂ ਨੇ ਸਾਡੇ ਨਾਲ ਬੇਇਨਸਾਫੀਆਂ ਕੀਤੀਆਂ, ਖਾਸ ਕਰਕੇ ਪੰਜਾਬ ਦੇ ਹਿੱਤਾਂ ਨਾਲ, ਪੰਥ ਦੇ ਹਿੱਤਾਂ ਨਾਲ ਬਹੁਤ ਵੱਡਾ ਨੁਕਸਾਨ ਹੋਇਆ। ਹੁਣ ਸੁਚੇਤ ਹੋ ਕੇ ਅਸੀਂ ਵੋਟ ਪਾਵਾਂਗੇ ਅਤੇ ਪਾਵਾਂਗੇ ਵੀ ਪਾਰਟੀ ਵੇਖ ਕੇ, ਪਾਰਟੀਆਂ ਅਤੇ ਉਮੀਦਵਾਰਾਂ ਨੂੰ ਦੇਖ ਕੇ ਜੋ ਵੋਟ ਪਾਵਾਂਗੇ ਤਾਂ ਫੈਸਲਾ ਜਿਹੜਾ ਸਹੀ ਹੋਏਗਾ। ਦੁਆਬੇ ਦੀ ਧਰਤੀ ਦੇ ਲੋਕ ਬੜੇ ਸਿਆਣੇ ਅਤੇ ਸੂਝਵਾਨ ਆ, ਪੜ੍ਹੇ ਲਿਖੇ ਵੀ ਹੈ ਅਤੇ ਵਰਲਡ ਵਿੱਚ ਖਿਲਰੇ ਹੋਏ ਆ ਅਤੇ ਸਾਰੇ ਦੇਸ਼ ਤੋਂ ਬਾਹਰ ਵੀ ਜੋ ਲੋਕਾਂ ਦੀ ਸੋਚ ਹੈ ਉਹਦੀ ਸੋਚ ਹੈ ਡਿਵੈਲਪਮੈਂਟ, ਭਾਈਚਾਰਕ ਸਾਂਝ, ਅਮਨ ਸ਼ਾਂਤੀ, ਲਾਅ ਐਂਡ ਆਰਡਰ, ਸੱਭੇ ਸਾਂਝੀ ਵਾਲਤਾ ਦਾ ਉਪਦੇਸ਼, ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਣ ਵੋ ਦੀ ਗੱਲ, ਜਾਂ ਸਰਬੱਤ ਦੇ ਭਲੇ ਦੀ ਗੱਲ, ਫਿਰਕਾ ਪ੍ਰਸਤੀ ਪਸੰਦ ਨਹੀਂ ਕਰਦੇ, ਧਰਮਾਂ ਵਿੱਚ ਵੰਡੀਆਂ ਪਾ ਕੇ ਇਹ ਜਿਉਣਾ ਨਹੀਂ ਚਾਹੁੰਦੇ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਭ ਧਰਮਾਂ ਦਾ ਸਨਮਾਨ ਕੀਤਾ ਅਤੇ ਹਮੇਸ਼ਾ ਇੱਕ ਇਹ ਸੋਚਦੇ ਹੈ ਕਿ ਅਸੀਂ ਉਸ ਪਾਰਟੀ ਨੂੰ ਅਪਣਾਉਣਾ ਜਿਹੜੀ ਪਾਰਟੀ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ, ਉਹ ਹੈ ਕੇਵਲ ਸ਼੍ਰੋਮਣੀ ਅਕਾਲੀ ਦਲ। ਬਾਕੀ ਪਾਰਟੀਆਂ ਤਾਂ ਕੋਈ ਘਰ 'ਚ ਬਣੀ ਹੈ, ਕੋਈ ਰਾਤੋ ਰਾਤ ਬਣੀ ਹੈ, ਕੋਈ ਸੋਸ਼ਲ ਮੀਡੀਆ 'ਚ ਬਣੀ ਹੈ, ਲੇਕਿਨ ਸ਼੍ਰੋਮਣੀ ਅਕਾਲੀ ਦਲ ਸਾਡੇ ਬਜ਼ੁਰਗਾਂ ਦੇ ਸੀਨੇ ਦੀ ਮਿੱਝ ਦੇ ਖੁਰਾਕ ਨਾਲ ਪਲੀ ਹੋਈ ਪਾਰਟੀ ਹੈ, ਖੂਨ ਦੇ ਨਾਲ ਸਿੰਜੀ ਹੋਈ ਪਾਰਟੀ ਹੈ। ਇਸ ਕਰਕੇ ਇਹ ਪਾਰਟੀ ਨੂੰ ਕਦੇ ਆਂਚ ਨਹੀਂ ਆ ਸਕਦੀ। ਠੀਕ ਹੈ, ਕੁਝ ਸਮੇਂ ਪਹਿਲਾਂ ਝੂਠੇ ਪ੍ਰਚਾਰ ਤਹਿਤ ਜਾਂ ਬਹੁਤ ਹੀ ਗੁੰਮਰਾਹਕੁੰਨ ਪ੍ਰਚਾਰ ਜਿਹੜਾ ਹੋਇਆ, ਲੋਕ ਥੋੜ੍ਹਾ ਜਿਹਾ ਇਹਨਾਂ 'ਤੇ ਵਿਸ਼ਵਾਸ ਕਰਕੇ ਉਹਨੇ ਸੋਚਿਆ ਵੀ ਦੇਖੋ ਨਵੇਂ ਕੀ ਆ ਕੇ ਕੋਈ ਜਾਦੂ ਛੜੀ ਲਾਉਂਦੇ ਹੈ। ਲੇਕਿਨ ਪੰਜਾਬ ਅੱਜ ਫਿਰ ਤਬਾਹ ਹੋਣ 'ਤੇ ਆ ਗਿਆ, ਲਾਅ ਐਂਡ ਆਰਡਰ ਦੇ ਪੱਖ ਤੋਂ, ਕਰਪਸ਼ਨ ਦੇ ਪੱਖ ਤੋਂ, ਭ੍ਰਿਸ਼ਟਾਚਾਰੀ ਦੇ ਉੱਤੋਂ, ਜਾਂ ਅੱਜ ਨਸ਼ਿਆਂ ਦਾ ਦੌਰ ਜਿਹੜਾ, ਘਰ ਘਰ ਵਿੱਚ ਨਸ਼ੇ ਸਪਲਾਈ ਕੀਤੇ ਜਾ ਰਹੇ, ਈਵਨ ਔਰਤਾਂ ਵੀ ਜਿਹੜੀਆਂ ਅੱਜ ਨਸ਼ੇ 'ਚ ਫਸਦੀਆਂ ਜਾ ਰਹੀਆਂ। ਔਰ ਲੰਮਾ ਪਿੰਡ ਇੱਕ ਐਗਜ਼ਾਮਪਲ ਹੈ ਕਿ ਠੇਕਾ ਖੋਲ੍ਹ ਦਿੱਤਾ ਇਹਨਾਂ ਨੇ, ਸ਼ਰਾਬ ਦਾ ਠੇਕਾ ਖੋਲ੍ਹ ਤਾ ਅਤੇ ਸਾਡੇ ਸ਼ਹਿਰੀਆਂ ਨੇ ਬੰਦ ਕਰਵਾਇਆ ਕਿ ਔਰਤਾਂ ਵਾਸਤੇ ਠੇਕਾ। ਬੜੀ ਹੈਰਾਨੀ ਦੀ ਗੱਲ ਹੈ ਕਿ ਆਹ ਸੋਚ ਇਹਨਾਂ ਲੋਕਾਂ ਦੀ। ਸੋ ਅੱਜ ਦੇਸ਼ ਦੀ ਸਰਕਾਰ ਬਣਾਉਣੀ ਹੈ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਮੁੱਦੇ ਹਨ ਜਿਹੜੇ ਦੇਸ਼ ਤੋਂ ਪੂਰੇ ਕਰਾਉਣੇ, ਦੇਸ਼ ਦੀ ਸਰਕਾਰ ਤੋਂ, ਭਾਵੇਂ ਉਹ ਬੇਰੁਜ਼ਗਾਰੀ ਦਾ ਮੁੱਦਾ, ਭਾਵੇਂ ਉਹ ਸਾਡੇ ਪਾਣੀਆਂ ਦਾ ਮੁੱਦਾ, ਭਾਵੇਂ ਸਾਡੀਆਂ ਸਿੱਖ ਪੰਥ ਦੀਆਂ ਮਹਾਨ ਜੋ ਸੰਸਥਾਵਾਂ ਹਨ ਉਹਨਾਂ ਦਾ ਮੁੱਦਾ, ਸਾਡੇ ਗੁਰਧਾਮ ਜਿਹੜੇ ਸਾਡੇ ਅੱਜ ਭਾਰਤੀ ਜਨਤਾ ਪਾਰਟੀ ਨੇ ਕਬਜ਼ੇ 'ਚ ਕਰ ਲਏ ਆ ਉਹਨਾਂ ਨੂੰ ਆਜ਼ਾਦ ਕਰਾਉਣ ਦਾ ਮੁੱਦਾ, ਜਾਂ ਸਾਡੇ ਨੌਜਵਾਨ ਜਿਹੜੇ ਬੰਦੀ ਕੀਤੇ ਹੋਏ ਹੈ ਉਹਨਾਂ ਨੂੰ ਸਜ਼ਾਵਾਂ ਪੂਰੀਆਂ ਹੋ ਗਈਆਂ, ਉਹਨੂੰ ਛੁਟਕਾਰਾ ਦਿਵਾਉਣ ਦਾ ਮੁੱਦਾ, ਰਿਹਾਅ ਕਰਾਉਣ ਦਾ। ਦੁੱਖ ਦੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਜੀ ਨੇ 550 ਸਾਲਾਂ ਦੇ ਉੱਤੇ ਆ ਕੇ ਐਲਾਨ ਕੀਤਾ ਸੀਗਾ ਕਿ ਇਹ ਜਿਹੜਾ ਸਾਰੇ ਰਿਹਾਅ ਕੀਤੇ ਜਾਣਗੇ, ਪਰ ਉਹਨੇ ਗੁਰੂ ਨਾਲ ਵੀ ਅੱਜ ਝੂਠ ਬੋਲ ਕੇ ਗੁਰੂ ਦਾ ਸਥਾਨ ਦਾ ਅਪਮਾਨ ਕੀਤਾ। ਇਸ ਕਰਕੇ ਲੋਕ ਬਰਦਾਸ਼ਤ ਨਹੀਂ ਕਰਦੇ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਹੈ ਜਲੰਧਰ ਦੇ ਵਿੱਚ ਹਲਕਾ ਲੋਕ ਸਭਾ ਜਲੰਧਰ ਦਾ, ਲੋਕ ਇਹ ਮਨ ਬਣਾਈ ਬੈਠੇ ਹੈ ਕਿ ਅਸੀਂ ਸਰਦਾਰ ਮਹਿੰਦਰ ਸਿੰਘ KP ਨੂੰ ਵੋਟਾਂ ਪਾ ਕੇ
ਚੋਣ ਸ਼ਾਨ ਤੱਕੜੀ ਦੇ, ਜੋ ਪੰਜਾਬ ਦਾ ਵਿਕਾਸ, ਜੋ ਦੇਸ਼ ਦੀਆਂ ਕੁਰਬਾਨੀਆਂ ਸਾਡੀ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਉਹਦਾ ਸਨਮਾਨ ਕਰਨ।